ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੋਰ ਸਾਰੇ ਕਿੱਦਾਂ? ਠੀਕ ਠਾਕ? ਵਧੀਆ। ਅੱਜ ਮੈਂ ਤੁਹਾਡੇ ਲਈ ਪੰਜਾਬ GK ਆਲ ਐਗਜ਼ਾਮ ਦਾ, ਠੀਕ ਹੈ, ਸੈੱਟ ਨੰਬਰ 16 ਲੈ ਕੇ ਆਇਆ। ਇਹ ਆਪਾਂ ਨੂੰ ਆਉਣ ਵਾਲੇ ਐਗਜ਼ਾਮ ਪਟਵਾਰੀ, ਪੰਜਾਬ ਪੁਲਿਸ, SS ਬੋਰਡ, ਪੰਜਾਬ ਕਲਰਕ, ਪੰਜਾਬ BDO, ਸਾਰੇ ਦੇ ਵਿੱਚ ਤੁਹਾਨੂੰ ਬਹੁਤ ਬੈਨੀਫਿਟ ਦੇਣਗੇ। ਇਹ ਸਾਰੇ ਕੁਐਸਚਨ ਤੁਹਾਡੇ ਜਿਹੜੇ ਹੈਗੇ ਨੇ ਪੰਜਾਬ GK ਦੇ, ਇਸ ਵਿੱਚ ਆਪਣੇ ਸਭ ਕੁਝ ਆ ਜਾਊਗਾ। ਪੰਜਾਬ ਹਿਸਟਰੀ, ਪੰਜਾਬ ਕਲਚਰ, ਪੰਜਾਬ ਐਗਰੀਕਲਚਰ, ਪੰਜਾਬ GK, ਪੰਜਾਬ ਦਾ ਹਿਸਟੋਰੀਕਲ, ਮਾਡਰਨ, ਸਾਰਾ ਪੰਜਾਬ ਓਵਰਆਲ, ਸਾਰੇ ਕੁਐਸਚਨ ਇਹਦੇ ਵਿੱਚ ਇੱਕੋ ਸੈੱਟ ਜਿਹੜਾ ਆਪਣਾ ਹੈਗਾ ਪੰਜਾਬ GK ਦਾ ਚੱਲਦਾ ਪਿਆ, ਇਹਦੇ ਵਿੱਚ ਹੀ ਸਾਰੇ ਕੰਪਲੀਟ ਹੋ ਜਾਣਗੇ। ਅਤੇ ਇਹ ਸਾਰਾ ਇਹ ਆਪਣਾ 16ਵਾਂ ਸੈੱਟ ਹੈ, ਠੀਕ ਹੈ। ਅੱਜ ਆਪਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਹੁਣੇ। ਅਤੇ ਪਹਿਲਾਂ ਅੱਜ ਕੁਐਸਚਨ ਦੇਖਦੇ ਹਾਂ, ਪਹਿਲਾ ਕੁਐਸਚਨ ਪੰਜਾਬ GK ਦਾ। ਤਾਂ ਪਹਿਲਾ ਕੁਐਸਚਨ ਹੈਗਾ ਕੁਐਸਚਨ ਨੰਬਰ 301, ਦਾ ਫਸਟ ਰੇਲਵੇ ਇਨ ਪੰਜਾਬ ਵਾਸ ਕਮੈਂਸਡ ਫਰੋਮ ਡੈਸ਼ ਟੂ ਡੈਸ਼, ਠੀਕ ਹੈ। ਪੰਜਾਬ ਵਿੱਚ ਪਹਿਲੀ ਰੇਲਵੇ ਡੈਸ਼ ਟੂ ਡੈਸ਼ ਤੱਕ ਸ਼ੁਰੂ ਕੀਤੀ ਗਈ ਸੀ, ਅੰਮ੍ਰਿਤਸਰ ਤੋਂ ਲਾਹੌਰ, ਲਾਹੌਰ ਤੋਂ ਮੁਲਤਾਨ, ਅੰਮ੍ਰਿਤਸਰ ਤੋਂ ਮੁਲਤਾਨ, ਜਾਂ ਫਿਰ ਅੰਮ੍ਰਿਤਸਰ ਤੋਂ ਜਲੰਧਰ। ਦੱਸੋ ਜੀ ਇਹਦਾ ਆਂਸਰ ਦਿਓ, ਆਪਣੇ ਕਮੈਂਟ ਦੇ ਵਿੱਚ ਆਂਸਰ ਦਿਓ। ਆਪਸ਼ਨ ਨੰਬਰ ਏ ਹੈ, ਆਪਸ਼ਨ ਨੰਬਰ ਬੀ ਹੈ, ਆਪਸ਼ਨ ਨੰਬਰ ਸੀ ਹੈ, ਜਾਂ ਫਿਰ ਡੀ। ਇਹ ਤਿਆਰੀ ਕਰਦੇ ਰਹੋ ਤੁਹਾਡੇ ਬੈਨੀਫਿਟ ਵਾਸਤੇ। ਤਾਂ ਆਪਣਾ 300 ਨੰਬਰ 1 ਦਾ ਕੁਐਸਚਨ ਨੰਬਰ ਸਹੀ ਕੀ ਆਊਗਾ, ਅੰਮ੍ਰਿਤਸਰ ਤੋਂ ਮੁਲਤਾਨ। ਦਾ ਪੰਜਾਬ ਰੇਲਵੇ ਵਾਸ ਸਟੇਬਲਿਸ਼ ਸ਼ੋਰਟਲੀ ਆਫਟਰ ਦਾ ਜੁਲਾਈ 1855 ਪੈਸੇ ਆਫ ਦਾ ਸਿਸਟਮ ਰੇਲਵੇ ਐਕਟ, ਠੀਕ ਹੈ। 1855 ਦੇ ਵਿੱਚ ਜਿਹੜੀ ਕੀ ਸ਼ੁਰੂਆਤ ਹੋਈ ਸੀ, 1849 ਦੇ ਵਿੱਚ ਕੀ ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਪੰਜਾਬ ਨੂੰ ਮਿਲਾ ਲਿਆ ਗਿਆ ਸੀ, ਠੀਕ ਹੈ। ਅਗਲਾ ਕੁਐਸਚਨ ਆਪਣਾ ਦੇਖਦੇ ਹਾਂ, ਕੁਐਸਚਨ ਨੰਬਰ ਆਪਣਾ 302 ਹੋ ਗਿਆ। ਦਾ ਫੇਮਸ ਬਾਰਾਦਰੀ ਗਾਰਡਨ ਇਜ਼ ਲੋਕੇਟਡ ਇਨ ਵਿੱਚ ਸਿਟੀ ਆਫ ਪੰਜਾਬ, ਪ੍ਰਸਿੱਧ ਬਾਰਾਦਰੀ ਗਾਰਡਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਥਿਤ ਹੈ, ਮੋਹਾਲੀ ਵਿੱਚ, ਬਠਿੰਡੇ ਵਿੱਚ, ਪਟਿਆਲੇ ਵਿੱਚ, ਜਾਂ ਫਿਰ ਸੰਗਰੂਰ ਵਿੱਚ? ਦੱਸੋ ਜੀ। ਜੇਕਰ ਇਸ ਚੈਨਲ 'ਤੇ ਕੋਈ ਪਹਿਲੀ ਵਾਰੀ ਆਇਆ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ, ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਕੰਪਿਊਟਰ ਦੇ ਵੀ ਆਪਣੀਆਂ ਵੀਡੀਓਜ਼ ਪੈ ਰਹੀਆਂ ਨੇ ਤਾਂ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ, ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਹੋਊਗਾ ਆਪਣਾ ਬਾਰਾਦਰੀ ਕਿੱਥੇ ਹੈ, ਠੀਕ ਹੈ। ਤਾਂ ਆਪਣਾ ਸਹੀ ਆਂਸਰ ਕੀ ਆਊਗਾ, ਆਪਸ਼ਨ ਨੰਬਰ ਆਪਣਾ ਸੀ, ਪਟਿਆਲਾ। ਦਾ ਬਾਰਾਦਰੀ ਗਾਰਡਨ ਸਰੰਡਰ ਦਾ ਬਾਰਾਦਰੀ ਪਲੇਸ ਲੋਕੇਟਡ ਇਨ ਦਾ ਨੌਰਥ ਆਫ ਓਲਡ ਪਟਿਆਲਾ ਸਿਟੀ, ਜਸਟ ਆਊਟਸਾਈਡ ਦਾ ਸ਼ੇਰਾਂਵਾਲਾ ਗੇਟ। ਦਾ ਗਾਰਡਨ ਲੇਡ ਅੰਡਰ ਦਾ ਮਹਾਰਾਜਾ ਰਜਿੰਦਰ ਸਿੰਘ ਵਰ ਪਲੈਂਟਡ ਐਕਸਟੈਂਸਿਵਲੀ ਰੇਅਰ ਟਰੀਸ ਐਂਡ ਸ਼ਰਬਸ, ਡੋਟਡ ਵਿਦ ਇੰਪ੍ਰੈਸਿਵ ਕੋਲੋਨੀ ਬਿਲਡਿੰਗਸ ਐਂਡ ਏ ਮਾਰਬਲ ਸਟੇਟ ਆਫ ਦਾ ਮਹਾਰਾਜਾ ਰਜਿੰਦਰ ਸਿੰਘ ਐਂਡ ਦਾ ਫਰਨ ਹਾਊਸ। ਓਕੇ, ਪਟਿਆਲੇ ਦੇ ਵਿੱਚ ਆਪਣੀ ਕੀ ਹੈ, ਬਾਰਾਦਰੀ ਹੈ। ਅਗਲਾ ਕੁਐਸਚਨ, ਕੁਐਸਚਨ ਨੰਬਰ ਆਪਣਾ ਆ ਗਿਆ 303, ਵਿੱਚ ਆਫ ਦਾ ਫੋਲੋਇੰਗ ਰਿਵਰ ਡਜ਼ੰਟ ਫਲੋ ਇਨ ਦਾ ਪੰਜਾਬ, ਇਹਨਾਂ ਵਿੱਚੋਂ ਕਿਹੜਾ ਦਰਿਆ ਪੰਜਾਬ ਵਿੱਚ ਨਹੀਂ ਵਗਦਾ, ਸਤਲੁਜ ਨਹੀਂ ਵਗਦਾ, ਰਾਵੀ ਨਹੀਂ ਵਗਦਾ, ਬਿਆਸ ਨਹੀਂ, ਜਾਂ ਫਿਰ ਗੰਗਾ? ਦੱਸੋ, ਇਹ ਸਾਰਿਆਂ ਨੂੰ ਪਤਾ ਹੀ ਹੋਊਗਾ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਦਰਿਆ ਵਗਦੇ ਨੇ ਅਤੇ ਕਿਹੜਾ ਨਹੀਂ ਵਗਦਾ। ਠੀਕ ਹੈ, ਆਪਸ਼ਨ ਨੰਬਰ ਆਪਣੇ ਕੀ ਹੈ, ਦੇਖੋ ਏ ਵੀ ਹੈਗੀ ਹੈ, ਸਤਲੁਜ ਵੀ ਹੈ, ਆਪਸ਼ਨ ਨੰਬਰ ਸੀ ਵੀ ਹੈਗੀ ਹੈ, ਬਿਆਸ, ਅਤੇ ਆਪਸ਼ਨ ਨੰਬਰ ਆਪਣੀ ਜਿਹੜੀ ਬੀ ਰਾਵੀ ਹੈਗੀ ਹੈ, ਉਹ ਵੀ ਜਿਹੜੀ ਕੀ ਹੈ ਪਾਸ ਹੋ ਕੇ ਜਾਂਦੀ ਹੈ, ਬਟ ਉਹ ਜਾਂਦੀ ਹੈ ਇੱਧਰ ਪਾਕਿਸਤਾਨ 'ਚ, ਠੀਕ ਹੈ। ਅਤੇ ਗੰਗਾ ਜਿਹੜਾ, ਗੰਗਾ ਕੀ ਹੈ ਉਹ ਆਪਣੀ ਕੀ ਹੈ, ਗੰਗਾ ਜਿਹੜੀ ਉੱਤਰਾਖੰਡ ਦੇ ਵਿੱਚੋਂ, ਠੀਕ ਹੈ, ਉੱਤਰਾਖੰਡ ਹੋ ਗਿਆ, ਉੱਤਰ ਪ੍ਰਦੇਸ਼ ਹੋ ਗਿਆ, ਬਿਹਾਰ, ਝਾਰਖੰਡ ਐਂਡ ਵੈਸਟ ਬੰਗਾਲ, ਵਾਇਲ ਅਦਰ ਰਿਵਰ ਸੱਚ ਐਜ਼ ਸਤਲੁਜ, ਜੇਹਲਮ ਐਂਡ ਰਾਵੀ ਪਾਸ ਥਰੂ ਪੰਜਾਬ। ਅਤੇ ਜਿਹੜੀ ਗੰਗਾ ਆਪਣੀ ਜਾ ਕੇ ਸਿੱਧਾ ਕਿੱਥੇ ਕਿੱਥੇ, ਬੰਗਾਲ ਦੀ ਖਾੜੀ ਦੇ ਵਿੱਚ। ਅਗਲਾ ਕੁਸ਼ਚਨ ਆਪਣਾ ਹੈਗਾ 304, ਵੈਨ ਵਾਜ ਦਾ ਸਿੱਖ ਮੈਰਿਜ ਐਕਟ ਪਾਸਡ, ਸਿੱਖ ਮੈਰਿਜ ਐਕਟ ਕਦੋਂ ਪਾਸ ਕੀਤਾ ਗਿਆ ਸੀ, 1909 ਵਿੱਚ, 1910, 1911, ਜਾਂ ਫਿਰ 1912? ਮਤਲਬ ਸਿੱਖਾਂ ਦੇ ਵਿਆਹ ਦਾ ਮੈਰਿਜ ਐਕਟ ਜਿਹੜਾ ਸੀ ਉਹ ਕਦੋਂ ਪਾਸ ਕੀਤਾ ਗਿਆ ਸੀ?
ऑप्शन नंबर ए अपनी सही है, बी सी या फिर डी। एक्टिव रहा करो सारे, कमेंट दे विच अपना रिप्लाई जरूर दिया करो। तो अपना सही आंसर क्या होगा क्वेश्चन नंबर 304 का, 1909 ਦੇ ਵਿੱਚ 109 ईयर ओल्ड द डिमांड ऑफ द सिक्स हैज फाइनली बीन मेट बाय अ दिल्ली गवर्नमेंट फॉर ओवर ए 100 ईयर सिख वर मेड ए रजिस्टर देयर मैरिज अंडर द हिंदू मैरिज एक्ट 1955 एज द आनंद मैरिज एक्ट फॉर सिख इंटीरियड ड्यूरिंग द ब्रिटिश एरा ऑफ 1909। ठीक है, तो आनंद जो मैरिज एक्ट से हो गया 1909 के बच्चे, तो हिंदू मैरिज एक्ट कहना बस 1955 के, पॉइंट नोट कर लियो। हम आप अगले क्वेश्चन देखते हैं, अगले क्वेश्चन से चलते हैं। क्वेश्चन नंबर अपना आ रहा है 305, द टोटल हाइट ऑफ द भाखड़ा डैम, भाखड़ा डैम की कुल ऊंचाई कितनी है, 220 मीटर, 226 मीटर, 230 या फिर 240। भाखड़ा डैम दसना कितनी ऊंचाई है उसकी, जल्दी जल्दी रिप्लाई दे कमेंट दे विच। तो अपना यह सही आंसर की होगा 226 मीटर, ऑप्शन नंबर बी अपनी की है राइट है। भाखड़ा डैम इज ए कंसर्न ग्रेविटी डैम ऑन द सतलुज रिवर इन बिलासपुर हिमाचल प्रदेश इन द नॉर्थन इंडिया, द डैम फ्रॉम द गोविंद सागर, ठीक है रिजर्व, इन गोविंद सागर भी कहा जाता भाखड़ा डैम, ठीक है। द डैम लोकेटेड एट ए जोर नियर द नाउ सबमर्ज अपस्ट्रीम्स भाखड़ा विलेज इन बिलासपुर डिस्ट्रिक्ट ऑफ हिमाचल प्रदेश ऑफ हाइट 226 मीटर। कंस्ट्रक्शन इहदी कदों शुरू हुई सी, 1948 दे विच। कंस्ट्रक्शन कोस्ट किन्नी आई इहदी बनाउण दी, 245.28 करोड़, एवेल्यूएटेड इन द 170 बिलियन और US डॉलर किन्ना 2.2 बिलियन इन 2020। लोकेशन भाखड़ा विलेज भाखड़ा, ठीक है लोकेशन है भाखड़ा विलेज बिलासपुर डिस्ट्रिक्ट हिमाचल प्रदेश। ओपनिंग डेट कदों ओपन हुआ सी, स्टार्टअप कदों हुआ सी, 1963 दे विच। ये सारे इंपॉर्टेंट पॉइंट्स ने, ये नोट कर लियो। तो हुण आपां अगले क्वेश्चन ते चलते हैं, क्वेश्चन नंबर अपना अगला देखते हैं। क्वेश्चन नंबर अगला आएगा 306, व्हेन डिड द प्रकाश सिंह बादल बिकम द चीफ मिनिस्टर ऑफ पंजाब फॉर द फर्स्ट टाइम, प्रकाश सिंह बादल पहली बार कदों मुख्यमंत्री बने, ठीक है ना, कदों पंजाब के मुख्यमंत्री बने, ठीक है ना। ये 1970 च बने, 1970, 1980 या फिर 1999 च, दसो क्वेश्चन का जवाब। एक क्वेश्चन जो तुसी पहले भी मैं करा चुका तुहानू, ठीक है ना, अपने 15 सैट हो गए, 15 सैट के विच पहले भी क्वेश्चन आ चुके हैं, ठीक है। पंजाब सिंह बादल किन्ने टाइम जिहड़े अपने कि पंजाब के मुख्यमंत्री रहे, ठीक है, 5 वारी रहे सी, ते स्टार्टअप उन्हां दा कदों होया सी, फर्स्ट टाइम कदों बने सी, वो भी सारे विच दस्या है कि कहड़े कहड़े टाइम पीरियड सी। ते अपना इहदा सही आंसर की आऊगा, ऑप्शन नंबर ए अपना की राइट आंसर आऊगा। बादल फर्स्ट बिकम द चीफ मिनिस्टर ऑफ पंजाब इन मार्च 1970 एंड हेडेड ए कोलिशंस गवर्नमेंट ऑफ अकाली दल संत फतेह सिंह एंड जाना सिंह इन जून 1970। जाना संघा विड्रॉ सपोर्ट फ्रॉम द बादल गवर्नमेंट्स ओवर देयर डिफरेंस अबाउट द प्लेस ऑफ हिंदी एंड पंजाब, ठीक है। तो 1970 ਦੇ ਵਿੱਚ ਆਪਣੇ ਕੀ ਸੀ, ਇਹ ਬਣੇ ਸੀ। ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ, ਕੁਐਸਚਨ ਨੰਬਰ ਆਪਣਾ ਆ ਰਿਹਾ 307, ਹਾਊ ਮੈਨੀ 에어 ਫੋਰਸ ਸਟੇਸ਼ਨਸ ਆਰ देयर ਇਨ ਪੰਜਾਬ, ਪੰਜਾਬ ਵਿੱਚ ਕਿੰਨੇ 에어 ਫੋਰਸ ਸਟੇਸ਼ਨ ਨੇ, ਠੀਕ ਹੈ, ਦੋ ਨੇ, ਤਿੰਨ ਨੇ, ਚਾਰ ਨੇ ਜਾਂ ਫਿਰ ਪੰਜ ਨੇ। ਇਹ ਨਾਲ ਨਾਲ ਤੁਹਾਨੂੰ ਜਿਹੜੇ ਕੁਐਸਚਨਸ ਆ ਰਹੇ ਉਹਨਾਂ ਦੀ ਡਿਟੇਲ ਵੀ ਨਾਲ ਨਾਲ ਦੱਸੀ ਜਾ ਰਹੀ ਹੈ, ਤਾਂ ਡਿਟੇਲਸ ਨੂੰ ਵੀ ਜ਼ਰੂਰ ਨੋਟ ਕਰਿਆ ਕਰੋ। ਤੇ ਜਿਹੜੇ ਜਿਹੜੇ ਕੁਝ ਟੌਪਿਕ ਹੁੰਦੇ ਨੇ ਉਹਨਾਂ ਦੀ ਵੀ ਡਿਟੇਲ ਤੁਹਾਨੂੰ ਨਾਲ ਨਾਲ ਪੂਰਾ ਡਾਟਾ ਦਿੱਤਾ ਜਾ ਰਿਹਾ ਹੈ, ਤਾਂ ਤੁਹਾਡੇ ਬੈਨੀਫਿਟ ਲਈ ਦਿੱਤਾ ਜਾ ਰਿਹਾ, ਤਾਂ ਜੋ ਤੁਸੀਂ ਆਉਣ ਵਾਲੇ ਐਗਜ਼ਾਮਾਂ ਦੇ ਵਿੱਚ ਵਧੀਆ ਮਾਰਕਸ ਲੈ ਕੇ ਨੌਕਰੀ ਪ੍ਰਾਪਤ ਕਰ ਸਕੋ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਹੈ ਤਾਂ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ, ਜੇ ਗਲਤੀ ਗੁਲਤੀ ਕੋਈ ਹੈਗੀ ਹੈ ਤਾਂ ਵੀ ਦੱਸਿਆ ਕਰੋ, ਤਾਂ ਜੋ ਮੈਨੂੰ ਵੀ ਪਤਾ ਲੱਗਦਾ ਰਹੇ। ਤਾਂ ਆਪਣਾ ਉਹਦਾ ਸਹੀ ਆਂਸਰ ਕੀ ਆਊਗਾ, ਪੰਜ, ਠੀਕ ਹੈ, ਪੰਜ ਆਂਸਰ ਆਪਣਾ
ਤੇ ਆ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਪੰਜਾਬ ਦੇ ਵੀ ਹੈਗੇ ਆ, ਚੰਡੀਗੜ੍ਹ ਦੇ, ਹਰਿਆਣੇ ਦੇ, ਠੀਕ ਹੈ, 에어ਪੋਰਟਸ ਜਿਹੜੇ ਹੈਗੇ ਨੇ ਆਪਣੇ ਕਿੱਥੇ ਕਿੱਥੇ ਨੇ। ਦੇਖੋ ਪੰਜਾਬ ਦੇ ਆਪਣੇ ਕੀ ਹੈ, ਆਦਮਪੁਰ ਚ, ਠੀਕ ਹੈ, ਇੱਕ ਹੈ ਅੰਮ੍ਰਿਤਸਰ ਦੇ ਵਿੱਚ, ਉਸ ਤੋਂ ਬਾਅਦ ਆਪਣਾ ਹੈਗਾ ਇੱਕ ਹਲਵਾੜਾ, ਇੱਕ ਪਠਾਨਕੋਟ, ਇੱਕ ਦੋ ਤਿੰਨ ਚਾਰ, ਇੱਕ ਹੈ ਬਠਿੰਡਾ, ਪੰਜ ਆਪਣੇ ਹੋ ਗਏ, ਠੀਕ ਹੈ। ਉਸ ਤੋਂ ਇਲਾਵਾ ਆਪਣੇ ਕੀ ਹੈ, ਦੇਖੋ ਹਰਿਆਣੇ 'ਚ ਜੰਮੂ ਕਸ਼ਮੀਰ, ਚੰਡੀਗੜ੍ਹ 'ਚ, ਠੀਕ ਹੈ, ਉਹ ਵੀ ਆਪਣੇ ਹੈਗੇ ਨੇ। ਤਾਂ ਇਹ ਵੀ ਜੇ ਤੁਸੀਂ ਨੋਟ ਕਰਨਾ ਚਾਹੁੰਦੇ ਹੋ, ਇਹ ਆਪਣੇ ਕਿ ਇੰਡੀਆ ਦੇ ਰਿਗਾਰਡਿੰਗ ਜਦੋਂ ਕੁਸ਼ਚਨ ਆ ਜਾਣਗੇ ਉਸ ਬੇਸ 'ਤੇ ਵੀ ਤੁਸੀਂ ਬੈਨੀਫਿਟ ਦੇਣਗੇ ਤੁਹਾਨੂੰ ਇਹ। ਹੁਣ ਆਪਾਂ ਅਗਲਾ ਕੁਸ਼ਚਨ ਦੇਖਦੇ ਹਾਂ। ਕੁਸ਼ਚਨ ਨੰਬਰ, ਹੁਣ ਆਪਣਾ ਕੁਸ਼ਚਨ ਨੰਬਰ ਆ ਗਿਆ 308। ਵਟ ਵਾਜ਼ ਦਾ ਓਲਡੈਸਟ ਨੇਮ ਆਫ ਜਲੰਧਰ ਸਿਟੀ, ਜਲੰਧਰ ਸ਼ਹਿਰ ਦਾ ਪੁਰਾਣਾ ਨਾਂ ਕੀ ਸੀ? ਰਾਮਦਾਸਪੁਰ, ਚੱਕ ਨਾਨਕੀ, ਜਲੰਧਰ, ਵਿਕਰਮਗੜ੍ਹ। ਦੱਸੋ ਆਪਸ਼ਨ ਨੰਬਰ ਆਪਣੀ ਏ ਸਹੀ ਹੈ, ਬੀ ਸਹੀ ਹੈ, ਸੀ ਹੈ ਜਾਂ ਫਿਰ ਡੀ ਹੈ। ਇਹਨਾਂ ਵਿੱਚੋਂ ਜਿਹੜੇ ਆਪਣੇ ਕੀ ਹੈ, ਰਾਮਦਾਸਪੁਰ, ਠੀਕ ਹੈ ਨਾ, ਇਹ ਮੈਂ ਤੁਹਾਨੂੰ ਦੱਸ ਕਿਉਂ ਪਿੱਛੇ ਆਪਾਂ ਕਹਿੰਦੇ ਕਿਹਦੇ 'ਚ ਜਿਹੜੇ, ਜੇ ਤੁਸੀਂ ਕੁਸ਼ਚਨ ਮੇਰੀ ਇਹ ਵੀਡੀਓ ਦੇਖੀ ਹੈ ਤਾਂ ਤੁਹਾਨੂੰ ਪਤਾ ਹੋਊਗਾ, ਅਤੇ ਇਹਨਾਂ ਵਿੱਚ ਜੇ ਮੈਂ ਤੁਹਾਨੂੰ ਨਹੀਂ ਵੀ ਪਤਾ ਤਾਂ ਵੀ ਮੈਂ ਦੱਸ ਦਿੰਦਾ। ਤਾਂ ਪਹਿਲਾਂ ਆਪਾਂ ਆਂਸਰ ਦੱਸ ਦਿੰਦਾ ਇਹਦਾ, ਤਾਂ ਆਂਸਰ ਸਰ ਹੋਊਗਾ ਜਲੰਧਰ, ਠੀਕ ਹੈ ਨਾ, ਜਲੰਧਰ। ਪ੍ਰੀਵੀਅਸਲੀ ਨਾਉ ਐਜ਼ ਅ ਜਲੰਧਰ, ਜਲੰਧਰ ਪ੍ਰੀਵੀਅਸਲੀ ਨਾਉ ਐਜ਼ ਜਲੰਧਰ ਇਜ਼ ਅ ਐਂਸ਼ੀਅੰਟ ਸਿਟੀ ਇਨ ਦਾ ਜਲੰਧਰ ਡਿਸਟ੍ਰਿਕਟ ਇਨ ਦਾ ਸਟੇਟ ਆਫ ਦਾ ਪੰਜਾਬ ਇਨ ਇੰਡੀਆ। ਇਹ ਜਲੰਧਰ ਇਜ਼ ਐਨ ਐਂਸ਼ੀਅੰਟ ਸਿਟੀ ਇਨ ਦਾ 7th century, ਇਟ ਵਾਜ਼ ਦਾ ਕੈਪੀਟਲ ਆਫ ਦਾ ਰਾਜਪੂਤ ਕਿੰਗਡਮ, ਠੀਕ ਹੈ, 7th century ਦੇ ਵਿੱਚ ਰਾਜਪੂਤ ਕਿੰਗਡਮ ਦੀ ਰਾਜਧਾਨੀ ਸੀ। ਇਟ ਦਾ 3rd largest ਸਿਟੀ ਇਨ ਦਾ ਸਟੇਟ, ਇਟ ਇਜ਼ ਐਨ ਇੰਪੋਰਟੈਂਟ ਰੇਲ ਐਂਡ ਦਾ ਰੋਡ ਜੰਕਸ਼ਨਸ ਐਂਡ ਦਾ ਟ੍ਰੇਡ ਸੈਂਟਰ ਆਫ ਦਾ ਐਗਰੀਕਲਚਰ ਪ੍ਰੋਡਕਟਸ, ਠੀਕ ਹੈ। ਹੁਣ ਰਾਮਦਾਸਪੁਰ ਕਿਹਨੂੰ ਕਿਹਾ ਜਾਂਦਾ ਸੀ, ਓਲਡੈਸਟ ਸਿਟੀ ਕਿਹਨੂੰ ਕਹਿੰਦੇ? ਅੰਮ੍ਰਿਤਸਰ ਨੂੰ। ਚੱਕ ਨਾਨਕੀ, ਚੱਕ ਨਾਨਕੀ ਕੀ ਸੀ? ਚੱਕ ਨਾਨਕੀ ਆਪਣਾ ਕੀ, ਆਨੰਦਪੁਰ ਸਾਹਿਬ ਨੂੰ। ਤੇ ਵਿਕਰਮਗੜ੍ਹ, ਵਿਕਰਮਗੜ੍ਹ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ? ਬਠਿੰਡੇ ਨੂੰ, ਠੀਕ ਹੈ। ਅੱਜ ਪੁਆਇੰਟ ਨੋਟ ਕਰ ਲਿਓ, ਅੰਮ੍ਰਿਤਸਰ, ਚੱਕ ਨਾਨਕੀ ਹੋ ਗਿਆ ਆਪਣਾ ਆਨੰਦਪੁਰ ਸਾਹਿਬ, ਵਿਕਰਮਗੜ੍ਹ ਆਪਣਾ ਹੋ ਗਿਆ ਬਠਿੰਡਾ। ਅਗਲਾ ਕੁਸ਼ਚਨ ਆ ਗਿਆ 309। ਵਿਚ ਟਾਈਪ ਆਫ ਕਬੱਡੀ ਇਜ ਦਾ ਸਟੇਟ ਸਪੋਰਟ ਆਫ ਪੰਜਾਬ, ਪੰਜਾਬ ਦੀ ਰਾਜ ਖੇਡ ਕਬੱਡੀ ਦੀ ਕਿਸ ਕਿਸਮ ਦੀ ਖੇਡ ਹੈ? ਸਕੁਅਰ ਹੈ, ਰੈਕਟੈਂਗੂਲਰ ਹੈ, ਸਰਕਲ ਹੈ ਜਾਂ ਫਿਰ ਸਟੈਂਡਰਡ ਹੈ? ਪੰਜਾਬ ਜਿਹੜੀ ਹੈਗੀ ਕਬੱਡੀ, ਉਹਦਾ ਜਿਹੜਾ ਸਰਕਲ, ਫੋਰ ਐਗਜ਼ਾਮਪਲ ਜਿਵੇਂ ਕ੍ਰਿਕਟ ਦਾ ਹੁੰਦਾ ਹੈ, ਵਾਲੀਬਾਲ ਦਾ ਹੁੰਦਾ ਹੈ, ਤਾਂ ਉਹਦਾ ਸਰਕਲ ਦੱਸਣਾ ਵੀ ਸਕੇਅਰ ਹੈ, ਰੈਕਟੈਂਗਲ ਦੇ ਤੌਰ ਤੇ ਹੈ, ਸਰਕਲ ਦੇ ਤੌਰ ਤੇ ਹੈ, ਸਟੈਂਡਰਡ ਦੇ ਤੌਰ ਤੇ ਹੈ। ਤਾਂ ਇਹਦਾ ਸਹੀ ਜਵਾਬ ਕੀ ਹੋਊਗਾ? ਕੁਸ਼ਚਨ ਨੰਬਰ 309 ਦਾ ਸਰਕਲ, ਆਪਸ਼ਨ ਨੰਬਰ ਸੀ ਆਪਣੀ ਕੀ ਹੈ, ਰਾਈਟ। ਪੰਜਾਬੀ ਕਬੱਡੀ ਆਲਸੋ ਕਾਲਡ ਕੋਡੀ ਓਰਗਨੇਟਡ ਇਨ ਦਾ ਪੰਜਾਬ ਰੀਜਨ, ਸੋ ਹੇਅਰ ਦੇਅਰ ਆਰ ਮੈਨੀ ਟ੍ਰੈਡੀਸ਼ਨਲ ਕਬੱਡੀ ਸਟਾਈਲਸ। ਕੋਡੀ ਇਜ਼ ਦਾ ਮੋਸਟ ਪਾਪੂਲਰ ਪੰਜਾਬੀ ਕਲਚਰ ਸਪੋਰਟ, ਨੋਟ ਜਸਟ ਇਨ ਪੰਜਾਬ, ਦਾ ਗੇਮ ਇਜ਼ ਆਲਸੋ ਪਾਪੂਲਰ ਇਨ ਹਰਿਆਣਾ। ਦਾ ਯੂਨਿਕ ਆਫ ਦਾ ਪੰਜਾਬੀ ਕਬੱਡੀ ਇਜ਼ ਇਟਸ ਸਰਕਲ ਸਟਾਈਲ ਵੇਅਰ ਪਲੇਅਰਸ ਪਲੇ ਕਬੱਡੀ ਔਨ ਦਾ ਸਰਕਲ ਪਿੱਚ, ਠੀਕ ਹੈ, ਗੋਲਾਈ ਦਾ ਸਰਕਲ ਹੁੰਦਾ ਤੇ ਉਹਦੇ ਵਿੱਚ ਜੀ ਕਬੱਡੀ ਖੇਡੀ ਜਾਂਦੀ ਹੈ। ਅਗਲਾ ਕੁਸ਼ਚਨ ਆਪਾਂ ਦੇਖਦੇ ਹਾਂ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਗਾ ਤੇ ਸਾਰਾ ਸਮਝ ਆਉਂਦਾ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਤੇ ਆਪਾਂ ਹੁਣ ਕੁਸ਼ਚਨ ਅਗਲਾ ਦੇਖਦੇ ਹਾਂ, 310 ਨੰਬਰ ਕੁਸ਼ਚਨ ਆਪਣਾ ਆ ਗਿਆ। ਵਿਚ ਆਫ ਦਾ ਫੋਲੋਇੰਗ ਰਿਵਰਸ ਫੋਲੋ ਥਰੂ ਦਾ ਮਾਲਵਾ ਰੀਜਨ, ਇਹਨਾਂ ਵਿੱਚੋਂ ਕਿਹੜੀ ਨਦੀ ਮਾਲਵਾ ਖੇਤਰ ਵਿੱਚੋਂ ਗੁਜ਼ਰਦੀ ਹੈ? ਚਨਾਬ ਗੁਜ਼ਰਦੀ ਹੈ, ਸਤਲੁਜ, ਰਾਵੀ ਜਾਂ ਨਨਵਬਾਵ, ਇਹਨਾਂ ਵਿੱਚੋਂ ਕੋਈ ਨਹੀਂ। ਇਹ ਆਪਣਾ 310 ਨੰਬਰ ਕੁਸ਼ਚਨ ਹੈ ਤੇ ਇਹਦਾ ਆਂਸਰ ਦਿਓ ਜਲਦੀ। ਤਾਂ ਆਪਣੇ ਦਾ ਸਹੀ ਜਵਾਬ ਕੀ ਆਊਗਾ? ਸਤਲੁਜ। ਮਾਲਵਾ ਇਜ਼ ਏ ਜੀਓਗ੍ਰਾਫਿਕਲੀ ਰੀਜਨ ਇਨ ਦਾ ਸਾਊਥ ਆਫ ਦਾ ਪੰਜਾਬ ਸਟੇਟ ਇਨ ਇੰਡੀਆ। ਇਟ ਇਜ਼ ਲੋਕੇਟਡ ਬਿਟਵੀਨ ਹਰਿਆਣਾ, ਰਾਜਸਥਾਨ, ਸਤਲੁਜ ਐਂਡ ਘੱਗਰ ਰਿਵਰਸ। ਓਕੇ, ਨਾਓ ਨੈਕਸਟ ਕੁਸ਼ਚਨ। ਨੈਕਸਟ ਕੁਸ਼ਚਨ ਆਪਣਾ ਆ ਰਿਹਾ 311। ਹੂ ਅਮੰਗ ਦਾ ਫੋਲੋਇੰਗ ਟ੍ਰਾਂਸਲੇਟਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨ ਇੰਗਲਿਸ਼, ਇਹਨਾਂ ਵਿੱਚੋਂ ਕਿਸ ਨੇ ਅੰਗਰੇਜ਼ੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ? ਜੋਸਫ ਥੋਮ, ਡਾਕਟਰ ਸੰਤ ਸਿੰਘ ਖਾਲਸਾ, ਡਾਕਟਰ ਗੁਰਨਾਮ ਸਿੰਘ ਜਾਂ ਕ੍ਰਿਸਟੋਫਰ।
ਦੱਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੰਗਲਿਸ਼ ਦੇ ਵਿੱਚ ਕਿਹਨਾਂ ਨੇ ਅਨੁਵਾਦ ਕੀਤਾ ਸੀ, ਉਹਨਾਂ ਦਾ ਨਾਮ ਦੱਸਣਾ। ਆਪਸ਼ਨ ਏ ਸਹੀ ਹੈ, ਬੀ, ਸੀ ਜਾਂ ਫਿਰ ਡੀ। ਤਾਂ ਆਪਣਾ ਸਹੀ ਆਂਸਰ ਕੀ ਆਊਗਾ 311 ਦਾ, ਡਾਕਟਰ ਸੰਤ ਸਿੰਘ ਖਾਲਸਾ। ਦਾ ਇੰਗਲਿਸ਼ ਟ੍ਰਾਂਸਲੇਟਰ ਆਫ ਦਾ ਓਰੀਜਨਲ ਟੈਕਸਟ ਇਜ਼ ਬਾਏ ਡਾਕਟਰ ਸੰਤ ਸਿੰਘ ਖਾਲਸਾ, ਐਕਸਪੈਕਟ ਫੋਰ ਦਾ ਓਪਨਿੰਗ ਵਰਸ ਨਾਓ ਐਜ਼ ਏ ਜਪਜੀ ਸਾਹਿਬ, ਵਿਚ ਹੈਵ ਬੀਨ ਟ੍ਰਾਂਸਲੇਟਡ ਬਾਏ ਗੁਰੂ ਸਿੰਘ ਖਾਲਸਾ। ਦਾ ਰੀਡਰ ਇਨਕਲੂਡ ਰਿਕਾਰਡਿੰਗ ਆਰਟਿਸਟ ਮਤਲਬ ਜਿਹਨੇ ਰਿਕਾਰਡ ਕੀਤੇ ਸੀ, ਸਿਰਗੁਣ ਕੌਰ ਐਂਡ ਦਾ ਸਤ ਕਿਰਨ ਕੌਰ, ਅਲੋਂਗ ਵਿਦ ਦਾ ਸਿੱਖ ਨੈਟ ਫਾਊਂਡਰ ਗੁਰੂ ਸਿੰਘ ਐਂਡ ਦਾ ਗੁਰਮੁਸਟਕ ਸਿੰਘ ਐਂਡ ਅਦਰਸ, ਗੁਰਮੁਖ ਸਿੰਘ ਐਂਡ ਅਦਰ। ਤਾਂ ਆਪਣਾ ਕਿਹੜਾ ਸੀ ਆਪਸ਼ਨ ਨੰਬਰ ਬੀ, ਆਪਣਾ ਕੀ ਹੈ ਰਾਈਟ ਹੈ। ਅਗਲਾ ਕੁਐਸਚਨ ਦੇਖਦੇ ਹਾਂ, ਕੁਐਸਚਨ ਨੰਬਰ ਆਪਣਾ ਆ ਰਿਹਾ 312। ਹੂ ਸਟਾਰਟਡ ਦ ਟ੍ਰੈਡੀਸ਼ਨ ਆਫ ਮੱਲ ਅਖਾੜਾ, ਕਿਸ ਨੇ ਮੱਲ ਅਖਾੜੇ ਦੀ ਪਰੰਪਰਾ ਸ਼ੁਰੂ ਕੀਤੀ। ਹੁਣ ਦੱਸੋ ਇਹਨਾਂ ਵਿੱਚੋਂ ਕਿਹਨਾਂ ਨੇ ਸ਼ੁਰੂ ਕੀਤੀ ਸੀ, ਕਿਹੜੇ ਗੁਰੂ ਨੇ ਜਿਹੜੀ ਮੱਲ ਅਖਾੜੇ ਦੀ ਹੈ ਪਰੰਪਰਾ ਸ਼ੁਰੂ ਕੀਤੀ। ਗੁਰੂ ਅੰਗਦ ਦੇਵ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਆਪਣਾ ਸਹੀ ਆਂਸਰ ਕੀ ਆਊਗਾ, ਗੁਰੂ ਅੰਗਦ ਦੇਵ ਜੀ। ਆਪਸ਼ਨ ਨੰਬਰ ਏ ਆਪਣਾ ਰਾਈਟ ਹੈ। ਵਿਚ ਸਿੱਖ ਗੁਰੂ ਸਟਾਰਟ ਦ ਟ੍ਰੈਡੀਸ਼ਨ ਆਫ ਦ ਮੱਲ ਅਖਾੜਾ, ਗੁਰੂ ਅੰਗਦ ਦੇਵ ਜੀ ਬਿਗਨ ਦ ਕਨਵੈਨਸ਼ਨ ਆਫ ਦ ਮੱਲ ਅਖਾੜਾ ਰੈਸਲਿੰਗ, ਵੇਅਰ ਫਿਜ਼ੀਕਲੀ ਜਸਟ ਐਸ ਪਰਫੋਰਮ ਐਕਟੀਵਿਟੀਜ਼ ਵੇਅਰ ਹੈਲਡ, ਹੀ ਲਾਈਕਵਾਈਜ਼ ਕੰਪੋਜ 62-63 ਸਲੋਕ। ਹੁਣ ਕੀ ਹੈ, ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਨੇ, 62 ਜਾਂ 63। ਕਈਆਂ 'ਚ 62 ਵੀ ਕਹਿ ਰਹੇ, ਕਈਆਂ 'ਚ 63 ਕਹਿ ਰਹੇ, ਠੀਕ ਹੈ ਨਾ। ਜੇਕਰ ਕੁਸ਼ਚਨ ਦੇ ਵਿੱਚ ਤੁਹਾਨੂੰ ਲੈ 62 ਆ ਜਾਏ ਤਾਂ 62 ਵੀ ਤੁਹਾਡਾ ਸਹੀ ਹੋਊਗਾ, ਜੇ 63 ਕਹਿ ਦੇ 63 ਤਾਂ ਵੀ ਤੁਹਾਡਾ ਸਹੀ ਹੋਊਗਾ। ਸਲੋਕ ਸਟਰਕਚਰਸ ਵਿੱਚ ਟੁਗੈਦਰਸ ਕੰਪ੍ਰਾਈਜ਼ ਅਰਾਊਂਡ 1% ਆਫ ਦਾ ਗੁਰੂ ਗ੍ਰੰਥ ਸਾਹਿਬ ਦਾ ਐਸੈਂਸ਼ੀਅਲ ਸਕੇਅਰ ਰਾਈਟਿੰਗ ਰਾਈਟਿੰਗ ਆਫ ਦਾ ਸਿੱਖੀਜ਼ਮ। ਗੁਰੂ ਆਪਣੇ ਅੰਗਦ ਦੇਵ ਜੀ ਕਿੰਨਵੇਂ ਗੁਰੂ ਸੀ, ਦੂਸਰੇ। ਅਗਲਾ ਕੁਐਸਚਨ ਆਪਣਾ ਆ ਗਿਆ ਕੁਐਸਚਨ ਨੰਬਰ 313। ਇਨ ਵਿਚ ਈਅਰ ਫਸਟ ਪੰਜਾਬੀ ਫਿਲਮ ਵਾਜ਼ ਰਿਲੀਜ਼ਡ, ਕਿਸ ਸਾਲ ਪਹਿਲੀ ਪੰਜਾਬੀ ਫਿਲਮ ਰਿਲੀਜ਼ ਹੋਈ ਸੀ, 1936 'ਚ, 1928, 1940 ਜਾਂ ਫਿਰ 1941। ਦੇਖੋ ਤੁਸੀਂ ਜੇ ਦੇਖੋਗੇ ਤੁਹਾਨੂੰ ਵੀ ਕੁਐਸਚਨ ਲੱਗੂ, ਹਾਂ ਵੀ ਇੰਟਰਸਟਿੰਗ ਕੁਐਸਚਨ ਹੈ, ਤੁਹਾਡੇ ਬੈਨੀਫਿਟ ਲਈ ਲਿਆਏ ਨੇ, ਲੈ ਕੇ ਆਏ ਹਾਂ, ਤਾਂ ਜੋ ਤੁਹਾਨੂੰ ਆਉਣ ਵਾਲੇ ਪੇਪਰਾਂ 'ਚ ਕੋਈ ਪ੍ਰੋਬਲਮ ਨਾ ਹੋਵੇ, ਤੁਹਾਡੀ ਤਿਆਰੀ ਜਿਹੜੀ ਫੁੱਲ ਫਲੈਜ ਹੋ ਜਾਵੇ ਅਤੇ ਨੰਬਰ ਤੁਹਾਡੇ ਪੂਰੇ ਖਿੱਚੇ ਜਾਣ। ਤਾਂ ਆਪਣਾ ਇਹਦਾ ਸਹੀ ਆਂਸਰ ਕੀ ਆਊਗਾ, ਆਪਸ਼ਨ ਨੰਬਰ ਬੀ ਆਪਣੀ 1928 ਰਾਈਟ ਹੈ। ਦ ਫਸਟ ਪੰਜਾਬੀ ਫਿਲਮ ਡੇਟਸ ਬੈਕ ਟੂ 1928 ਵਿਦ ਦ ਰਿਲੀਜ਼ ਆਫ ਡੋਟਰਸ ਆਫ ਟੂਡੇ, ਠੀਕ ਹੈ, ਦ ਡੋਟਰ ਆਫ ਟੂਡੇ ਇਨ ਪ੍ਰੈਜੈਂਟ ਡੇ ਆਫ ਲਾਹੌਰ। ਇਟ ਵਾਜ਼ ਦ ਸਾਇਲੈਂਟ ਫਿਲਮ ਡਾਇਰੈਕਟਰ ਬਾਏ ਇਹ ਸ਼ੰਕਰ ਯਾਦਵ ਆ ਰਿਹਾ। ਦ ਫਸਟ ਪੰਜਾਬੀ ਸਾਊਂਡ ਫਿਲਮ ਵਾਜ਼ ਹੀਰੋ ਰਾਂਝਾ, ਡਾਇਰੈਕਟਰ ਬਾਏ ਦਾ ਅਬਦੁਲ ਰਾਸ਼ਿਦ, ਕਰਦਾਰ ਵਾਜ਼ ਐਂਡ ਵਾਜ਼ ਰਿਲੀਜ਼ਡ ਇਨ 1932। ਤੇ ਜਿਹੜੀ ਵਿਦਆਊਟ ਸਾਊਂਡ ਵਾਲੀ ਸੀ ਉਹ 1928 ਦੇ ਵਿੱਚ ਰਿਲੀਜ਼ ਹੋਈ ਸੀ, ਤੇ ਵਿਦ ਸਾਊਂਡ ਵਾਲੀ ਫਿਲਮ ਹੈ ਜਿਹੜੀ ਹੀਰੋ ਰਾਂਝਾ ਉਹ 1932 ਦੇ ਵਿੱਚ ਰਿਲੀਜ਼ ਹੋਈ ਸੀ। ਤੇ ਆਪਣੇ 1928 ਵਾਲੇ ਜਿਹੜੇ ਹੈਗੇ ਸੀ ਡਾਟਰ ਆਫ ਦਾ ਟੂਡੇ, ਇਹਦੇ ਡਾਇਰੈਕਟਰ ਹੈਗੇ ਸੀ ਸ਼ੰਕਰ ਦੇਵ ਆਰਿਆ, ਤੇ ਆਪਣੇ ਹੀਰ ਰਾਂਝਾ ਦੇ ਜਿਹੜੇ ਸੀ ਅਬਦੁਲ ਰਾਸ਼ਿਦ, ਕਰਦਰ ਐਂਡ ਵਾਜ਼ ਰਿਲੀਜ਼ਡ ਇਨ 1932। ਰੂਪ ਕੇ ਸ਼ੋਰੇ ਡਾਇਰੈਕਟਰ ਦਾ ਫਸਟ ਪੰਜਾਬੀ ਮੂਵੀ ਪੋਸਟ ਪਾਰਟੀਸ਼ਨ ਇਨ 1948। ਰੂਪ ਕੀ ਸ਼ੋਰੀ ਜਿਹੜੀ ਡਾਇਰੈਕਟਰ ਸੀ, ਠੀਕ ਹੈ, ਡਾਇਰੈਕਟਰ ਦਾ ਫਸਟ ਪੰਜਾਬੀ ਮੂਵੀ, ਠੀਕ ਹੈ, ਪੋਸਟ ਪਾਰਟੀਸ਼ਨ, ਪਾਰਟੀਸ਼ਨ ਤੋਂ ਬਾਅਦ ਜਿਹੜੀ 1948। ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ, ਕੁਐਸਚਨ ਨੰਬਰ ਆਪਣਾ 314 ਆ ਗਿਆ। ਵਿਚ ਅਮੰਗ ਦਾ ਫੋਲੋਇੰਗ ਟੂ ਇੰਡੀਅਨ ਸਟੇਟਸ ਵਰ ਮੋਸਟਲੀ ਅਫੈਕਟਡ ਡਿਊਰਿੰਗ ਦਾ ਪਾਰਟੀਸ਼ਨ ਆਫ 1947। 1947 ਦੀ ਵੰਡ ਦੇ ਦੌਰਾਨ ਹੇਠ ਲਿਖੇ ਦੋ ਭਾਰਤੀ ਰਾਜਾਂ ਵਿੱਚੋਂ ਕਿਹੜੇ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ, ਪੰਜਾਬ ਐਂਡ ਬੰਗਾਲ, ਪੰਜਾਬ ਐਂਡ ਮੈਸੂਰ, ਬੰਗਾਲ ਐਂਡ ਮੈਸੂਰ, ਜਾਂ ਨਨ ਆਫ ਦ ਅਬਵ।
ਦਿਓ ਸਾਰੇ ਸਹੀ ਜਵਾਬ। ਆਪਸ਼ਨ ਨੰਬਰ ਦੱਸੋ ਕਿਹੜੀ ਹੈ, ਕੁਐਸਚਨ ਦੇ ਨਾਲ ਆਪਣਾ ਆਪਸ਼ਨ ਦੇ ਦਿਆ ਕਰੋ ਕਮੈਂਟ ਦੇ ਵਿੱਚ। ਠੀਕ ਹੈ, ਏ ਸਹੀ ਹੈ, ਬੀ ਸਹੀ ਹੈ, ਸੀ ਜਾਂ ਫਿਰ ਡੀ। ਤਾਂ ਇਹਦਾ ਸਹੀ ਆਪਣਾ ਆਂਸਰ ਕੀ ਹੋਗਾ, ਆਪਸ਼ਨ ਨੰਬਰ ਏ ਆਪਣਾ ਕੀ ਹੈ, ਰਾਈਟ ਆਂਸਰ ਹੈ, ਪੰਜਾਬ ਐਂਡ ਬੰਗਾਲ। ਇਨ ਦਾ 1947 ਰਿਵਰਸ ਦਾ ਮੋਸਟ ਫੈਕਟਰ ਰੀਜ਼ਨ ਡਿਊ ਟੂ ਦਾ 1947 ਪਾਰਟੀਸ਼ਨ ਵੇਅਰ ਪੰਜਾਬ ਐਂਡ ਬੰਗਾਲ ਮੋਸਟ ਡੈਥਸ ਹੈਪਨ ਇਨ ਪੰਜਾਬ ਫੋਲੋਡ ਬਾਈ ਬੰਗਾਲ ਐਂਡ ਸੋ ਔਨ। ਵੂਮੈਨਸ ਵਰ ਕਿਡਨੈਪਡ, ਰੇਪਡ, ਫੋਰਸਡ ਐਂਡ ਦਾ ਪਰੇਡ ਨੇਕਡ ਐਂਡ ਦੈਨ ਮਰਡਰਡ। ਇੰਡੀਅਨ ਮੁਸਲਿਮ ਸਟੈਂਡ ਔਨ ਦਾ 1947 ਪਾਰਟੀਸ਼ਨ। ਠੀਕ, ਤਾਂ ਜ਼ਿਆਦਾ ਫੈਕਟ ਕਿਹਨੂੰ ਪਿਆ ਸੀ 1947 ਦੇ ਵਿੱਚ ਪੰਜਾਬ ਤੇ ਬੰਗਾਲ ਨੂੰ। ਨਾਓ ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਆਪਣਾ ਹੈਗਾ 315। ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਔਰ ਦਾ ਪੀ ਜੀ ਐਸ ਸੀ ਫੋਰਮੇਸ਼ਨ ਵਾਜ ਇਨ ਦਾ ਈਅਰ। ਠੀਕ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਾਂ ਪੀ ਜੀ ਐਸ ਸੀ ਦਾ ਗਠਨ ਕਿਹੜੇ ਸਾਲ ਵਿੱਚ ਕੀਤਾ ਗਿਆ ਸੀ? ਇਹ ਗਈ ਸੀ, ਗਈ ਵੀ ਹੈ ਤਾਂ ਗਿਆ ਸੀ ਮੰਨ ਲਿਓ। ਠੀਕ ਹੈ ਨਾ, ਇਹ 19 ਮਾਰਚ 2005, 19 ਮਾਰਚ 2006, 19 ਮਾਰਚ 2007, 19 ਮਾਰਚ 2008। ਤਾਂ ਕੁਐਸਚਨ ਨੰਬਰ 315 ਦਾ ਸਹੀ ਆਂਸਰ ਆਪਣਾ ਕੀ ਆਊਗਾ, 19 ਮਾਰਚ 2005। ਆਪਸ਼ਨ ਨੰਬਰ ਏ ਆਪਣਾ ਕੀ ਹੈ, ਰਾਈਟ ਆਂਸਰ ਹੈ। ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਆਫ ਦਾ ਪੀ ਜੀ ਐਸ ਇਜ਼ ਲੋਕੇਟਡ ਔਨ ਆਊਟਸਕਰਟ ਆਫ ਦਾ ਕਪੂਰਥਲਾ ਔਨ ਦਾ ਕਪੂਰਥਲਾ ਜਲੰਧਰ ਰੋਡ। ਕਪੂਰਥਲਾ ਦੇ ਵਿੱਚ ਸਥਿਤ ਹੈ, ਠੀਕ ਹੈ, ਕਪੂਰਥਲਾ ਜਲੰਧਰ ਰੋਡ ਤੇ। ਦਾ ਫਾਊਂਡੇਸ਼ਨ ਸਟੋਨ ਆਫ ਦਾ ਪੀ ਜੀ ਐਸ ਸੀ ਵਾਜ਼ ਲੇਡ ਦਾ ਪ੍ਰਾਈਮ ਮਿਨਿਸਟਰ ਇੰਦਰ ਕੁਮਾਰ ਗੁਜਰਾਲ ਔਨ 17 ਅਕਤੂਬਰ 1997। ਠੀਕ ਹੈ ਨਾ, ਤਾਂ ਮੰਤਰੀ ਕਿਹੜੇ ਸੀ ਪ੍ਰਾਈਮ ਮਿਨਿਸਟਰ ਉਹਦੇ, ਪੀ ਜੀ ਐਸ ਸੀ ਦੇ, ਪੁਸ਼ਪਾ ਗੁਜਰਾਲ ਦੇ, ਇੰਦਰ ਕੁਮਾਰ ਗੁਜਰਾਲ। ਓਕੇ, ਤਾਂ ਫੋਰਮੇਸ਼ਨ ਗਠਨ ਹੋਇਆ ਸੀ 19 ਮਾਰਚ 2005 ਨੂੰ। ਨਾਓ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਅਗਲਾ ਕੁਐਸਚਨ ਆਪਣਾ 316 ਆ ਗਿਆ। ਇਨ ਵਿਚ ਈਅਰ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਜ ਸ਼ਿਫਟਡ ਟੂ ਚੰਡੀਗੜ੍ਹ। ਜਿਸ ਸਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਚੰਡੀਗੜ੍ਹ ਵਿੱਚ ਤਬਦੀਲ ਕੀਤਾ ਗਿਆ ਸੀ? ਠੀਕ ਹੈ ਨਾ, ਕਿਸ ਸਾਲ, 1952 ਵਿੱਚ, 1953 ਚ, 1954 ਜਾਂ 1955? ਦੱਸੋ ਜੇ ਆਂਸਰ ਪਤਾ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦਿਓ ਆਂਸਰ ਆਪਣਾ। ਤਾਂ ਆਪਣਾ ਸਹੀ ਜਵਾਬ ਕੀ ਆਊਗਾ, 1955। ਅਕੋਰਡਿੰਗਲੀ ਦਾ ਸੀਟ ਆਫ ਦਾ ਹਾਈ ਕੋਰਟ ਵਾਸ ਸ਼ਿਫਟਡ ਟੂ ਚੰਡੀਗੜ੍ਹ। ਦਾ ਕੋਰਟ ਸਟਾਰਟਡ ਫੰਕਸ਼ਨਿੰਗ ਐਟ ਚੰਡੀਗੜ੍ਹ ਫਰੋਮ ਇਟਸ ਪ੍ਰੈਜੈਂਟ ਬਿਲਡਿੰਗ ਵਿਦ ਇਫੈਕਟ ਫਰੋਮ ਦਾ ਜਨਵਰੀ 17, 1995 ਨੂੰ ਜਿਹੜੇ ਸ਼ਿਫਟ ਹੋਏ ਸੀ। ਠੀਕ ਹੈ ਨਾ, ਹਾਈ ਕੋਰਟ ਜਿਹੜਾ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਸ ਸ਼ਿਫਟਡ ਟੂ ਚੰਡੀਗੜ੍ਹ। ਨੈਕਸਟ ਕੁਐਸਚਨ ਆਪਣਾ ਆ ਰਿਹਾ ਹੁਣ, ਕੁਐਸਚਨ ਨੰਬਰ 317। ਪੰਜਾਬ ਹੈਡ ਬੀਨ ਅੰਡਰ ਪ੍ਰੈਜ਼ੀਡੈਂਟ ਰੂਲ ਫੋਰ ਡੈਸ਼ ਟਾਈਮਸ। ਪੰਜਾਬ ਡੈਸ਼ ਕਈ ਵਾਰ ਰਾਸ਼ਟਰਪਤੀ ਰਾਜ ਅਧੀਨ ਰਿਹਾ। ਦੇਖੋ ਇਹ ਕੁਐਸਚਨ ਤੁਹਾਨੂੰ ਪਹਿਲਾਂ ਵੀ ਆ ਚੁੱਕੇ ਨੇ, ਵਿੱਚੋਂ ਵਿੱਚ ਥੋੜ੍ਹੇ ਮੋਟੇ ਤਾਂ ਰਿਪੀਟ ਹੁੰਦੇ ਨੇ ਤਾਂ ਜੋ, ਕਿਉਂਕਿ ਇੰਪੋਰਟੈਂਟ ਕੁਐਸਚਨ ਨੇ, ਬਾਰ ਬਾਰ ਆ ਚੁੱਕੇ ਨੇ ਐਗਜ਼ਾਮ ਦੇ ਵਿੱਚ। ਤੇ ਹੁਣ ਸਹੀ ਆਂਸਰ ਦੱਸਣਾ ਤੁਸੀਂ, 7 ਹੈ, 8 ਹੈ, 9 ਹੈ ਜਾਂ ਫਿਰ 10 ਹੈ? ਜੇਕਰ ਤੁਸੀਂ ਮੇਰੇ ਪਹਿਲੇ ਵਾਲੇ ਵੀਡੀਓ ਦੇਖੀ ਆ ਤਾਂ ਤੁਹਾਨੂੰ ਆਂਸਰ ਇਹਦਾ ਜ਼ਰੂਰ ਪਤਾ ਹੋਊਗਾ। ਤਾਂ ਆਪਣਾ ਸਹੀ ਆਂਸਰ ਆਊਗਾ 8। ਠੀਕ ਹੈ, ਆਪਸ਼ਨ ਨੰਬਰ ਬੀ ਆਪਣੀ ਕੀ ਹੈ, ਰਾਈਟ ਆਂਸਰ ਹੈ, 8 ਆਂਸਰ ਇਜ਼ ਰਾਈਟ। ਨਾਓ ਨੈਕਸਟ ਕੁਐਸਚਨ ਆਪਣਾ 318 ਨੰਬਰ ਕੁਐਸਚਨ ਆ ਗਿਆ। ਦ ਟ੍ਰੀਟੀ ਆਫ ਦ ਅੰਮ੍ਰਿਤਸਰ ਵਾਸ ਹੈਲਡ ਇਨ ਵਿਚ ਟਾਈਮ। ਅੰਮ੍ਰਿਤਸਰ ਦੀ ਸੰਧੀ ਕਿਹੜੇ ਸਮੇਂ ਵਿੱਚ ਹੋਈ ਸੀ? 1806 'ਚ ਹੋਈ ਹੈ, 1807 'ਚ ਹੋਈ ਸੀ, 1808 ਜਾਂ ਫਿਰ 1809 ਦੇ ਵਿੱਚ? ਠੀਕ ਹੈ, ਅੰਮ੍ਰਿਤਸਰ ਦੀ ਜਿਹੜੀ ਸੰਧੀ ਸੀ ਉਹ ਕਦੋਂ ਹੋਈ ਸੀ? ਸੋ ਆਪਸ਼ਨ ਨੰਬਰ ਏ ਤੁਹਾਡੇ ਅੰਦਾਜ਼ ਨਾਲ ਸਹੀ ਹੈ, ਬੀ ਹੈ, ਸੀ ਹੈ ਜਾਂ ਫਿਰ ਡੀ ਹੈ? ਜੇਕਰ ਪਤਾ ਤਾਂ ਉਹ ਵੀ ਦੱਸੋ। ਤਾਂ ਆਪਣਾ ਇਹਦਾ ਕੁਐਸਚਨ ਨੰਬਰ 318 ਦਾ ਸਹੀ ਆਂਸਰ ਕੀ ਆਊਗਾ, 1809।
ਜੋ ਟ੍ਰੇਡ ਉਹ ਅੰਮ੍ਰਿਤਸਰ ਅਪ੍ਰੈਲ 25, 1809 ਦੇ ਵਿੱਚ ਹੋਈ ਸੀ। ਠੀਕ ਹੈ, ਪੈਕਟ ਕੰਸਲਡਡ ਬਿਟਵੀਨ ਦਾ ਚਾਰਲਸ ਟੀ ਮੈਟਕਫ, ਠੀਕ ਹੈ ਨਾ, ਨੋਟ ਕਰ ਲਿਓ, ਚਾਰਲਸ ਟੀ ਮੈਟਕਫ ਰਿਪ੍ਰੈਜੈਂਟਿੰਗ ਦਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਰਣਜੀਤ ਸਿੰਘ ਹੈੱਡ ਆਫ ਦਾ ਸਿੱਖ ਕਿੰਗਡਮ ਆਫ ਪੰਜਾਬ, ਦ ਟੈਰੀਟਰੀ ਸੈਟਲ ਇੰਡੋ ਸਿੱਖ ਰਿਲੀਜਨ ਆਫ ਦਾ ਫੋਰ ਅ ਜਨਰੇਸ਼ਨ। ਤਾਂ ਕਿਹਦੇ ਕਿਹਦੇ ਵਿੱਚ ਹੋਈ ਸੀ, ਚਾਰਲਸ ਟੀ ਮੈਟਕਫ ਐਂਡ ਰਿਪ੍ਰੈਜੈਂਟਿੰਗ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਰਣਜੀਤ ਸਿੰਘ ਦੇ ਵਿਚਕਾਰ ਹੋਈ ਸੀ। ਨਾਓ ਨੈਕਸਟ ਕੁਐਸਚਨ ਆਪਣਾ ਕਿਹੜਾ ਸੀ, 319 ਨੰਬਰ ਕੁਐਸਚਨ ਹੈਗਾ, ਹੂ ਇਜ਼ ਦਾ ਫਸਟ ਲੇਡੀ ਚੀਫ ਮਿਨਿਸਟਰ ਆਫ ਪੰਜਾਬ, ਐਮ ਐਸ ਵਿਨੀ ਚੌਹਾਨ, ਮਿਸ ਵਿਨੀ ਮਹਾਜਨ, ਮਿਸ ਕਿਰਨ ਬੇਦੀ ਜਾਂ ਬੀਬੀ ਜਗੀਰ ਕੌਰ। ਇਹਨਾਂ ਵਿੱਚੋਂ ਦੱਸਣੀ ਵੀ ਕਿਹੜੀ ਕਿਹੜੀ ਸੀ ਜਿਹੜੀ ਫਸਟ ਲੇਡੀ ਸੀ, ਜਿਹੜੀ ਚੀਫ ਸੈਕਟਰੀ ਆਫ ਪੰਜਾਬ ਸੀ। ਇਹ ਆਪਣਾ ਇਸ ਵੀਡੀਓ ਦਾ ਸੈਕਿੰਡ ਲਾਸਟ ਕੁਐਸਚਨ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲੇ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ। ਤਾਂ ਇਹਦਾ ਆਪਣਾ ਸਹੀ ਆਂਸਰ ਕੀ ਆਊਗਾ ਕੁਐਸਚਨ ਨੰਬਰ 319 ਦਾ, ਮਿਸ ਵਿਨੀ ਮਹਾਜਨ। ਠੀਕ ਹੈ ਨਾ, ਵਿਨੀ ਮਹਾਜਨ ਹੈਜ਼ ਸਪੋਸਟ 5 IAS ਆਫਿਸਰ ਸੀਨੀਅਰ ਟੂ ਹਰ ਐਂਡ ਹੈਜ਼ ਅਫੈਕਟਡ ਦਾ ਚਾਂਸ ਆਫ ਦਾ ਐਲੀਵੇਸ਼ਨ ਆਫ ਦਾ ਬੈਚਮੇਟ ਵਿਸ਼ਵਜੀਤ ਖੰਨਾ। ਠੀਕ ਹੈ, ਵਿਸ਼ਵਜੀਤ ਖੰਨਾ ਦੀ ਵਾਈਫ ਅਤੇ ਬੈਚਮੇਟ ਸੀ, ਅਤੇ ਇਹਨਾਂ ਨੂੰ ਕੀ ਹੈ IAS ਸੀ, ਇਹ ਵੀ ਵਿਨੀ ਮਹਾਜਨ, ਇਹਨਾਂ ਨੂੰ ਕੀ ਚੀਫ ਸੈਕਟਰੀ ਉਹ ਪੰਜਾਬ ਰੱਖਿਆ ਗਿਆ ਸੀ। ਹੁਣ ਆਪਣਾ ਇਸ ਵੀਡੀਓ ਦਾ ਲਾਸਟ ਕੁਐਸਚਨ ਆ ਰਿਹਾ, ਲਾਸਟ ਕੁਐਸਚਨ ਦੇਖਦੇ ਹਾਂ। ਐਜ਼ ਪਰ 2011 ਸੈਂਸੈਕਸ ਆਫ ਵਰਕਿੰਗ ਪਾਪੂਲੇਸ਼ਨ ਆਫ ਪੰਜਾਬ ਇਜ਼ ਇੰਪਲੋਇਡ ਇਨ ਐਗਰੀਕਲਚਰ ਸੈਕਟਰ। 2011 ਦੇ ਜਨਰਲ ਦੇ ਅਨੁਸਾਰ ਪੰਜਾਬ ਦੀ ਕੰਮ ਕਰਨ ਵਾਲੀ ਜਨਸੰਖਿਆ ਦਾ ਡੈਸ਼ ਖੇਤੀਬਾੜੀ ਖੇਤਰ ਵਿੱਚ ਕੰਮ ਕਰਦਾ 35.5%, 40%, 41% ਜਾਂ ਫਿਰ 42%। ਕਿੰਨੇ ਪਰਸੈਂਟ ਹੈ ਜਿਹੜਾ ਕੀ ਹੈ ਖੇਤੀਬਾੜੀ 'ਚ ਕੰਮ ਕਰਦਾ, ਇਹ 2011 ਦੀ ਰਿਪੋਰਟ ਦੇ ਅਨੁਸਾਰ ਹੈ। ਤਾਂ ਇਹਦਾ ਆਪਣਾ ਹੁਣ ਸਹੀ ਜਵਾਬ ਆਪਣਾ ਆਊਗਾ, ਦੇਅਰ ਹੈਜ਼ ਬੀਨ, ਆਪਸ਼ਨ ਨੰਬਰ 35.5%, ਦੇਅਰ ਹੈਜ਼ ਬੀਨ ਦਾ ਡਿਕਲਾਈਨ ਇਨ ਦਾ ਪਰਸੈਂਟੇਜ ਆਫ ਵਰਕਰਸ ਇੰਗੇਜ ਇਨ ਦਾ ਐਗਰੀਕਲਚਰ ਸੈਕਟਰ ਆਫ 38.9% ਇਨ 2001 'ਚ। ਠੀਕ ਹੈ, 2001 'ਚ 38.9% ਸੀ ਅਤੇ ਹੁਣ 35.5% ਕਿੰਨੇ ਸੀ 2011 ਦੇ ਵਿੱਚ। ਅਮੰਗਸਟ ਦਾ ਟੋਟਲ ਵਰਕਰ ਇਨ ਪੰਜਾਬ ਦਾ ਲਾਰਜੈਸਟ ਪ੍ਰੋਪੋਰਸ਼ਨ ਆਫ ਦਾ ਵਰਕਰਸ ਇਨ ਇੰਗੇਜਡ ਇਨ ਦਾ ਅਦਰ ਵਰਕ, ਠੀਕ ਹੈ 60.5%। ਦਿਸ ਪਰਸੈਂਟੇਜ ਇਜ਼ ਸੈਕਿੰਡ ਹਾਈਐਸਟ ਅਮੰਗ ਮੇਜਰ ਸਟੇਟਸ ਇਨ ਦਾ ਕੰਟਰੀ ਨੈਕਸਟ ਓਨਲੀ ਟੂ ਕੇਰਲਾ ਵਿਚ ਇਜ਼ 80.5%। ਠੀਕ ਹੈ, ਤਾਂ 2011 ਦੇ ਹਿਸਾਬ ਕਿੰਨੇ ਸੀ 35.5%। ਓਕੇ, ਇਹ ਨੋਟ ਕਰ ਲਿਓ ਪੁਆਇੰਟ ਸਾਰੇ ਜਿਹੜੇ ਮੈਂ ਨੀਚੇ ਨੀਚੇ ਦੱਸਦਾ, ਤਾਂ ਇੰਪੋਰਟੈਂਟ ਪੁਆਇੰਟਸ ਨੇ, ਤਾਂ ਇਹ ਵੀ ਜ਼ਰੂਰ ਇਹ ਵੀ ਕੁਐਸਚਨਾਂ ਦੇ ਵਿੱਚ ਬਣ ਕੇ ਆ ਜਾਂਦੇ ਨੇ। ਓਕੇ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਇਸ ਵੀਡੀਓ ਨੂੰ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਇਸੇ ਤਰ੍ਹਾਂ ਹੋਰ ਵੀਡੀਓਜ਼ ਵੀ ਦੇਖ ਰਹੇ ਹੋ ਪੰਜਾਬੀ ਕੁਆਲੀਫਿਕ ਐਗਜ਼ਾਮ ਦੇ ਰਿਗਾਰਡਿੰਗ, ਕੰਪਿਊਟਰ ਬੇਸ ਦੇ ਰਿਗਾਰਡਿੰਗ, ਤਾਂ ਉਹਨਾਂ ਦੇ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਅਤੇ ਉੱਤੋਂ ਕਲਿੱਕ ਕਰਕੇ ਉਹ ਵੀ ਵੀਡੀਓ ਦੇਖ ਸਕਦੇ ਹੋ, ਜਾਂ ਫਿਰ ਸਿੱਧੇ ਹੀ ਪਲੇਲਿਸਟ 'ਚ ਜਾ ਕੇ ਵੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ। ਅਤੇ ਇਹ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।